ਜੀ ਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜੈਚ ਦੋਸਤੋ ਹਾਜ਼ਰ ਹਾਂ ਇੱਕ ਬਹੁਤ ਹੀ ਕਮਾਲ ਦੀ ਜਾਣਕਾਰੀ ਦੇ ਨਾਲ ਤੇ ਇਹ ਜਾਣਕਾਰੀ ਜੁੜੀ ਆ ਪੰਜਾਬੀ ਫਿਲਮ ਦੇ ਨਾਲ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਅਨਾਉਂਸਮੈਂਟ ਕੀਤੀ ਜਾਂਦੀ ਆ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਜਿਹੜਾ ਸ਼ੂਟ ਆ ਉਹ ਸਟਾਰਟ ਹੋ ਚੁੱਕਾ ਹੈ ਦੋਸਤੋ ਇਹ ਫਿਲਮ ਬਹੁਤ ਖਾਸ ਆ ਆਪਾਂ ਬਹੁਤ ਇੱਕ ਕਮਾਲ ਦਾ ਆਪਾਂ ਗੀਤ ਸੁਣਦੇ ਹੁੰਦੇ ਸੀਗੇ ਫੱਤੋ ਦੇ ਯਾਰ ਬੜੇ ਨੇ ਬਹੁਤ ਹੀ ਕਮਾਲ ਦਾ ਗੀਤ ਸੀ ਦਿਲਜੀਤ ਦੋਸਾਂਝ ਹੋਰਾਂ ਦਾ ਤੇ ਇੰਨੀ ਕਿ ਲਾਈਨ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਕਿ ਇਹ ਗੀਤ ਇਸ ਲਾਈਨ ਨੇ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਕਰ ਦਿੱਤਾ ਸੀ ਪਰ ਉਦੋਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਲਾਈਨ ਤੇ ਇਸ ਟਾਈਟਲ ਤੇ ਕੋਈ ਫਿਲਮ ਦੀ ਅਨਾਉਂਸਮੈਂਟ ਹੋਊਗੀ ਪਰ ਫੈਨਲੀ ਇਦਾਂ ਹੋ ਚੁੱਕਾ ਹੈ ਕਿ ਇਸ ਲਾਈਨ ਦੇ ਆਧਾਰ ਤੇ ਇੱਕ ਫਿਲਮ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜੀ ਫੱਤੋ ਦੇ ਯਾਰ ਬਣੇ ਨੇ ਇਸ ਫਿਲਮ ਦੇ ਵਿੱਚ ਸਟਾਰ ਕਾਸਟ ਬੜੀ ਕਮਾਲ ਦੀ ਹੈ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਉਣ ਜਾ ਰਹੇ ਨੇ ਜੀ ਹਿਮਾਂਸ਼ੀ ਖੁਰਾਨਾ ਤੇ ਇੰਦਰਚਾਲ ਹਿਮਾਂਸ਼ੀ ਖੁਰਾਨਾ ਤੇ ਇੰਦਰਚਾਲ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਦੋਸਤੋ ਦੱਸ ਦਿੰਦੇ ਆ ਕਿ ਹਿਮਾਂਸ਼ੀ ਖੁਰਾਨਾ ਇਸ ਤੋਂ ਪਹਿਲਾਂ ਸ਼ਾਵਾਨੀ ਗਿਰਧਾਰੀ ਗਿਰਧਾਰੀ ਲਾਲ ਵਰਗੀਆਂ ਸੁਪਰ ਡੂਪਰ ਫਿਲਮਾਂ 'ਚ ਆਪਣੀ ਅਹਿਮ ਅ ਅਦਾਕਾਰੀ ਕਰ ਚੁੱਕੇ ਨੇ ਬਹੁਤ ਸਾਰੇ ਗੀਤਾਂ ਦੇ ਵਿੱਚੋਂ ਆਪਾਂ ਨੂੰ ਵਿਚਰਣ ਕਰਦੇ ਦੇਖਿਆ ਪਰ ਇਹ ਕਮਾਲ ਦੀ ਫਿਲਮ ਹੋਏਗੀ ਸੋ ਦੋਸਤੋ ਦੱਸ ਦਿੰਦੇ ਆ ਕਿ ਇੰਦਰਚਾਲ ਉਹਨਾਂ ਦੀ ਇਹ ਪਹਿਲੀ ਡੈਬਿਊ ਫਿਲਮ ਆ ਸੋ ਉਹਨਾਂ ਦੇ ਗੀਤ ਸੁਪਰ ਡੂਪਰ ਹੱਟ ਹੁੰਦੇ ਆ ਤੇ ਵਿਖਣਾਏ ਹੋਏਗਾ ਕਿ ਉਹਨਾਂ ਦੀ ਫਿਲਮ ਦੇ ਵਿੱਚ ਅਦਾਕਾਰੀ ਕਿਹੋ ਜੀ ਰਹੇਗੀ ਪਰ ਜਿਸ ਤਰੀਕੇ ਦੇ ਨਾਲ ਜੁੜੀ ਆ ਬੜੀ ਕਮਾਲ ਦੀ ਜੋੜੀ ਲੱਗ ਰਹੀ ਹੈ ਲੱਗਦਾ ਕਿ ਫਿਲਮ ਬਹੁਤ ਕਮਾਲ ਹੋਏਗੀ ਸੋ ਦੋਸਤੋ ਉੱਥੇ ਹੀ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਰਮਨ ਅਗਰਵਾਲ ਐਂਡ ਨਿਤਿਨ ਤਿਲਵਾਰ ਹੋਰਾਂ ਦੇ ਵੱਲੋਂ ਪ੍ਰੋਡਿਊਸ ਕੀਤਾ ਜਾਣਾ ਤੇ ਫਿਲਮ ਦੇ ਡਾਇਰੈਕਟਰ ਨੇ ਜੀ ਬਾਨੂ ਠਾਕੁਰ ਤੇ ਫਿਲਮ ਦੇ ਰਾਈਟਰ ਨੇ ਸੁਰਿੰਦਰ ਅਗਰਵਾਲ ਸੋ ਦੋਸਤੋ ਉੱਥੇ ਹੀ ਫਿਲਮ ਦੀ ਤੁਹਾਨੂੰ ਹੋਸਟਾਰ ਕਾਸਟ ਬਾਰੇ ਜਾਣਕਾਰੀ ਦੇਵਾਂਗੇ ਕਿ ਫਿਲਮ ਦੇ ਵਿੱਚ ਬਹੁਤ ਕਮਾਲ ਦੀ ਸਟਾਰ ਕਾਸਟ ਆ ਹਿਮਾਂਸ਼ੀ ਖੁਰਾਨਾ ਤੇ ਇੰਦਰ ਚਾਹਲ ਤੋਂ ਬਿਨਾ ਲੇਖਾਂ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਜੀ ਨਿਸ਼ਾਵਨ ਨੂੰ ਬਨਿੰਦਰ ਬੰਨੀ ਸੁਖਵਿੰਦਰ ਚਾਹਲ ਅਸ਼ੋਕ ਪਾਠਕ ਸੋ ਕਹਿ ਸਕਦੇ ਹਾਂ ਕਿ ਕਮਾਲ ਦੀਆਂ ਹਸਤੀਆਂ ਇਸ ਫਿਲਮ ਦੇ ਵਿੱਚ ਸਾਨੂੰ ਅਹਿਮ ਕਿਰਦਾਰ ਨਿਭਾਉਂਦੀਆਂ ਹੋਈਆਂ ਨਜ਼ਰ ਆਉਣਗੀਆਂ। ਸੋ ਦੋਸਤੋ ਇਹ ਵੀ ਜਾਣਕਾਰੀ ਸਾਨੂੰ ਪਤਾ ਲੱਗਿਆ ਕਿ ਇੰਨੀ ਦਿਨੀ ਇਸ ਫਿਲਮ ਦਾ ਜਿਹੜਾ ਸ਼ੂਟ ਆ ਉਹ ਰਮਾਨੀਆ ਦੇ ਵਿੱਚ ਚੱਲ ਰਿਹਾ ਹੈ ਤੇ ਕਹਿ ਸਕਦੇ ਹਾਂ ਕਿ ਫਿਲਮ ਦਾ ਜਿਹੜਾ ਸ਼ੂਟ ਆ ਉਹ ਸਟਾਰਟ ਹੋ ਚੁੱਕਾ ਹੈ। ਸੋ ਦੋਸਤੋ ਫਿਲਮ ਦੇ ਟਾਈਟਲ ਤੋਂ ਲੱਗਦਾ ਹੈ ਕਿ ਫਿਲਮ ਰੋਮਾਂਟਿਕ ਤਾਂ ਹੋਏਗੀ ਹੋਏਗੀ ਇਸ ਨਾਲ ਫਿਲਮ ਦੇ ਵਿੱਚ ਹੋਰ ਕੀ ਕੁਝ ਖਾਸ ਹੋਵੇਗਾ ਇਹ ਸਾਨੂੰ ਫਿਲਮ ਦੇ ਟ੍ਰੇਲਰ ਜਾਂ ਟੀਜ਼ਰ ਆਉਣ ਤੇ ਹੀ ਪਤਾ ਚੱਲੇਗਾ। ਸੋ ਦੋਸਤੋ ਕਹਿ ਸਕਦੇ ਹਾਂ ਕਿ ਇਹ ਫਿਲਮ ਦਾ ਸ਼ੂਟ ਜਲਦੋਂ ਸਟਾਰਟ ਹੋ ਚੁੱਕਾ ਹੈ ਸਿਨੇਮਿਕ ਰੰਗਾਂ ਦੇ ਵਿੱਚ ਵੇਖਣ ਨੂੰ ਮਿਲੂਗੀ ਸੋ ਦੋਸਤੋ ਬਹੁਤ ਸਾਰੀਆਂ ਕਮਾਲ ਦੀਆਂ ਫਿਲਮਾਂ ਹੁੰਦੀਆਂ ਨੇ ਪਰ ਅਕਸਰ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਫਿਲਮ ਦਾ ਕੁਝ ਟਾਈਟਲ ਬਹੁਤ ਖਾਸ ਹੁੰਦਾ ਤੇ ਸਾਨੂੰ ਵੇਖਣ ਦੀ ਬਹੁਤ ਐਕਸਾਈਟਮੈਂਟ ਹੁੰਦੀ ਆ ਟਾਈਟਲ ਦੇ ਨਾਲ ਨਾ ਜਦੋਂ ਫਿਲਮ ਦੀ ਸਟਾਰ ਕਾਸਟ ਜੁੜਦੀ ਆ ਸਾਡੀ ਐਕਸਾਈਟਮੈਂਟ ਹੋਰ ਵੀ ਦੁਣੀ ਚੋਣੀ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਇਸ ਫਿਲਮ ਦੇ ਨਾਲ ਹੋਇਆ ਕਿ ਇਸ ਫਿਲਮ ਦੀ ਟਾਈਟਲ ਬਹੁਤ ਕਮਾਲ ਦਾ ਫਿਲਮ ਦਾ ਨਾਮ ਬਹੁਤ ਕਮਾਲ ਦਾ ਫਿਲਮ ਦੀ ਸਟਾਰ ਕਾਸਟ ਬਹੁਤ ਕਮਾਲ ਦੀ ਹੈ ਤੇ ਸਾਡੀ ਐਕਸਾਈਟਮੈਂਟ ਜਿਹੜੀ ਉਹ ਦੁਣੀ ਚੋਣੀ ਹੋਣੀ ਵੀ ਬਣਦੀ ਆ ਸੋ ਦੋਸਤੋ ਇਸ ਜੁਡੀਸ ਫਿਲਮ ਦੇ ਨਾਲ ਜਾਣਕਾਰੀ ਤੇ ਹੋਰ ਜਾਣਕਾਰੀਆਂ ਦੇ ਲਈ ਸਾਡਾ ਚੈਨਲ ਵੇਖਦੇ ਰਹੋ ਤੇ ਮਾਨ ਦੇਰੋਂ ਤੱਕ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਖੂਬਸੂਰਤ ਫਿਲਮਾਂ ਦਾ ਆਨੰਦ ਲਓ